ਫਲ ਪਿੱਕੇ ਫੁੱਲ ਪੱਕ ਪੱਕੇ ਕੰਮ ਨਵੇਂ ਪੱਤ ਕੰਮ ਨਵੇਂ ਪੱਤ ਆਜ਼ਾਦ ਟੈਕਸੀ ਸਟੈਂਡ ਗੁਰੈ, ਟਰੱਕ ਯੂਨੀਅਨ ਗੁਰੈ, ਟੈਂਪੂ ਯੂਨੀਅਨ ਗੁਰੈ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਰਬੱਤ ਦੇ ਭਲੇ ਲਈ ਕਰਵਾਇਆ ਗਿਆ। ਇਸ ਮੌਕੇ ਕੀਰਤਨੀ ਜਥੇ ਵੱਲੋਂ ਜਿੱਥੇ ਕੀਰਤਨ ਕੀਤਾ ਗਿਆ ਉੱਥੇ ਹੀ ਸੰਗਤ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਸਰਬੱਤ ਦੇ ਭਲੇ ਲਈ ਹਰ ਸਾਲ ਪਾਠ ਕਰਵਾਇਆ ਜਾਂਦਾ ਹੈ। ਯੂਨੀਅਨ ਅਤੇ ਟੈਕਸੀ ਡਰਾਈਵਰਾਂ ਅਤੇ ਮਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ, ਹਿਮਾਚਲ ਵਿੱਚ ਕੀ ਕੁਝ ਹੈ ਮਾਹੌਲ, ਕੀ ਹਿਮਾਚਲ ਵਿੱਚ ਜਾਣਾ ਹੈ ਖਤਰਾ ਜਾਂ ਹੈ ਅਫਵਾਹ, ਤੁਸੀਂ ਵੀ ਸੁਣੋ ਡਰਾਈਵਰ ਵੀਰਾਂ ਦੀ ਜਵਾਨੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਸਾਲਾਨਾ ਜਿਹੜਾ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਜਿਹੜਾ ਆਜ਼ਾਦ ਟੈਕਸੀ ਯੂਨੀਅਨ ਗੁਰਾਇਆ, ਉਹਨਾਂ ਦੇ ਨਾਲ ਟਰੱਕ ਯੂਨੀਅਨ ਗੁਰਾਇਆ, ਟੈਂਪੂ ਯੂਨੀਅਨ ਗੁਰਾਇਆ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ। ਸਰਬੱਤ ਦੇ ਭਲੇ ਦੇ ਲਈ ਹਰੇਕ ਸਾਲ ਜਿਹੜਾ ਟੈਕਸੀ ਯੂਨੀਅਨ ਵੱਲੋਂ, ਗੁਰਾਇਆਂ ਦੇ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ। ਤਸਵੀਰਾਂ ਸਾਂਝੀਆਂ ਕਰ ਦਿੰਦੇ ਤੁਹਾਡੇ ਨਾਲ। ਗੁਰਾਇਆ ਮੁੱਖ ਚੌਂਕ ਜਿੱਥੇ ਟੈਕਸੀ ਯੂਨੀਅਨ ਬਣਿਆ, ਦੇਖ ਸਕਦੇ ਤੁਸੀਂ, ਇੱਥੇ ਸੰਗਤ ਨੂੰ ਜਿਹੜਾ ਲੰਗਰ ਛਕਾਇਆ ਜਾ ਰਿਹਾ ਚਾਹ ਪਾਣੀ ਦਾ, ਉਸ ਤੋਂ ਬਾਅਦ ਜਿਹੜਾ ਪਾਠ ਸਮਾਪਤੀ ਤੋਂ ਬਾਅਦ ਜਿਹੜਾ ਲੰਗਰ ਭੰਡਾਰਾ ਚੱਲਣਾ ਹੈ। ਸਾਡੇ ਨਾਲ ਯੂਨੀਅਨ ਦੇ ਜਿਹੜੇ ਮੈਂਬਰ ਆ ਮੌਜੂਦ ਆ, ਉਹਨਾਂ ਨਾਲ ਗੱਲਬਾਤ ਵੀ ਕਰ ਲੈਂਦੇ ਹਾਂ। ਕਿਉਂਕਿ ਜੀ ਸਾਲਾਨਾ ਜਿਹੜਾ ਅੱਜ ਪਾਠ ਕਰਵਾਇਆ ਜਾ ਰਿਹਾ ਸਰਬੱਤ ਦੇ ਭਲੇ ਦੇ ਲਈ, ਹਾਂਜੀ, ਤੁਹਾਡਾ ਕੀਤਾ ਹੀ ਇੱਦਾਂ ਦਾ, 24 ਘੰਟੇ ਤੁਸੀਂ ਰੋਡ 'ਤੇ ਰਹਿਣਾ ਹੈ, ਸਵਾਰੀਆਂ ਲੈ ਕੇ ਜਾਂਦੇ ਹੈਗੇ ਹਾਂ ਜੀ, ਆਪਣੇ ਨਾਲ ਨਾਲ ਸਰਬੱਤ ਦਾ ਭਲਾ ਮੰਗਦੇ ਹਾਂ, ਕੀ ਸੋਚ ਲੈ ਕੇ ਇਹ ਚੱਲਦੇ ਹਾਂ? ਪਹਿਲਾਂ ਤਾਂ ਤੁਹਾਡਾ ਮਨੀਸ਼ ਭਾਈ ਆਇਆਂ ਦਾ ਧੰਨਵਾਦ ਕਿ ਤੁਸੀਂ ਆਏ। ਸਾਡੀ ਜਿਹੜੀ ਆਜ਼ਾਦ ਟੈਕਸੀ ਸਟੈਂਡ ਗੁਰਾਇਆਂ ਦੀ ਸਮੂਹ ਨਗਰ ਵਾਸੀਆਂ ਦੀ ਜੋ ਅਖੰਡ ਪਾਠ ਕਰਾਉਣ ਦੀ ਰੀਤ ਹੈ, ਕਾਫੀ 30-35 ਸਾਲ ਤੋਂ ਚੱਲੀ ਆ ਰਹੀ ਆ, ਅਤੇ ਸਰਬੱਤ ਦੇ ਭਲੇ ਦੇ ਲਈ ਜਿੱਦਾਂ ਜਿੱਦਾਂ ਜਿੰਨਾ ਜਿੰਨਾ ਵੀ ਕਿਸੇ ਤੋਂ ਦੁਸ਼ਮਾਂਚ ਕੱਢ ਆਉਂਦਾ ਉਹ ਕੱਢਿਆ ਜਾਂਦਾ। ਸੋ ਇਹੀ ਰੀਤ ਲੈ ਕੇ, ਇਹੀ ਮਨਸ਼ਾ ਲੈ ਕੇ ਅਸੀਂ ਜੋ ਵੀ ਇਹ ਚਲਾ ਰਹੇ ਹਾਂ, ਤਾਂ ਕਿ ਜਿਹੜਾ ਸ਼ਹਿਰ ਵਾਸੀਆਂ ਵੱਲੋਂ ਸਹਿਯੋਗ ਮਿਲ ਰਿਹਾ, ਸਾਰੇ ਭਰਾਵਾਂ ਵੱਲੋਂ ਸਹਿਯੋਗ ਮਿਲ ਰਿਹਾ, ਹੋਰ ਜਿੰਨੇ ਵੀ ਆਜ਼ਾਦ ਟੈਕਸੀ ਸਟੈਂਡ ਦੇ ਨਾਲ ਜੁੜੇ ਹੋਏ ਭਰਾ ਆ, ਟੈਂਪੂ ਯੂਨੀਅਨ, ਟਰੱਕ ਯੂਨੀਅਨ ਜਾਂ ਜੋ ਵੀ ਯੂਨੀਅਨ ਹੋਰ ਹੈਗੀਆਂ, ਉਹ ਸਾਰੀਆਂ ਯੂਨੀਅਨਾਂ ਬਹੁਤ ਸਾਥ ਦੇ ਰਹੀਆਂ, ਗੁਰਾਇਆ ਵਾਸੀ ਬਹੁਤ ਸਾਥ ਦੇ ਰਹੇ, ਤੁਹਾਡੇ ਵਰਗੇ ਭਰਾ ਬਹੁਤ ਸਾਥ ਦੇ ਰਹੇ। ਅਸੀਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਹਰ ਇੱਕ ਦੇ ਉੱਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ, ਕਿਉਂਕਿ ਸਾਡਾ ਕੰਮ ਜਿੱਦਾਂ ਤੁਸੀਂ ਕਿਹਾ ਵੀ ਸਾਡਾ ਕੰਮ ਜਿਹੜਾ ਆ ਉਹ ਰੋਡ 'ਤੇ ਹੀ ਚੱਲਣਾ ਆ, ਰੋਡ 'ਤੇ ਬਹੁਤ ਘਟਨਾਵਾਂ ਆਉਂਦੀਆਂ, ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਕਿ ਹਰ ਇੱਕ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ,
ਹਰ ਇੱਕ ਨੂੰ ਉਹਦੀਆਂ ਮਨੋਕਾਮਨਾ ਪੂਰਨ ਕਰਨ ਅਤੇ ਜਿੰਨੀ ਵੀ ਕਿਸੇ ਦੀ ਪਰਮਾਤਮਾ ਅੱਗੇ ਅਰਦਾਸ ਆ ਉਹ ਅਰਦਾਸ ਪੂਰੀ ਕੀਤੀ ਜਾਵੇ। ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜੋ ਵੀ ਆ ਜੋ ਵੀ ਇਸ ਖੁਸ਼ੀ ਵਿੱਚ ਸ਼ਰੀਕ ਹੋਇਆ ਉਹਨਾਂ ਦਾ ਆਇਆਂ ਦਾ ਧੰਨਵਾਦ ਕਰਦੇ ਹਾਂ। ਜੋ ਢਾਬੇ ਵਾਲੇ ਜੋ ਯੂਨੀਅਨ ਵਾਲੇ ਆਏ ਆ ਜੋ ਵੀ ਗੁਰਾਇਆਂ ਯੂਨੀਅਨ ਵਾਲੇ ਆਏ ਆ ਜਾਂ ਹੋਰ ਟਰੱਕ ਯੂਨੀਅਨ ਤੋਂ ਆਏ ਆ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ, ਤਹਿ ਦਿਲੋਂ ਧੰਨਵਾਦ ਕਰਦੇ, ਤੁਹਾਡਾ ਵੀ ਆਇਆਂ ਦਾ ਧੰਨਵਾਦ ਕਰਦੇ। ਅੱਛਾ ਸ਼ੌਂਕ ਜੀ, ਜੇ ਗੱਲ ਕੀਤੀ ਜਾਵੇ ਆਜ਼ਾਦ ਟੈਕਸੀ ਯੂਨੀਅਨ ਗੁਰਾਇਆਂ, ਹਾਂਜੀ, ਕਿੰਨੇ ਕੁ ਇਹਦੇ ਵਿੱਚ ਮੈਂਬਰ ਕਿੰਨੇ ਹੈਗੇ ਆ, ਟੈਕਸੀ ਕਿੰਨੀ ਚੱਲਦੀ ਹੈ, ਗੁਰਾਇਆਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪਿੰਡ ਦੇ ਮੈਂਬਰ ਤੁਹਾਡੇ ਨਾਲ ਜੁੜੇ ਹੋਏ ਆ? ਗੁਰਾਇਆਂ ਟੈਕਸੀ ਯੂਨੀਅਨ ਦੇ ਵਿੱਚ ਘੱਟ ਤੋਂ ਘੱਟ 200 ਤੋਂ 250 ਗੱਡੀ ਹੈਗੀ ਆ, ਜਿਹਦੇ ਵਿੱਚ ਤਕਰੀਬਨ ਜਿੰਨੇ ਵੀ ਚਾਹੇ ਕੋਈ ਮਾਲਕ ਹੈ ਚਾਹੇ ਡਰਾਈਵਰ ਆ ਉਹ ਸਾਰੇ ਇੱਕ ਭਰਾਵਾਂ ਵਾਂਗ ਰਹਿੰਦੇ ਆ। ਬਿਲਕੁਲ ਸਾਰੇ ਸਹਿਮਤੀ ਨਾਲ ਜੋ ਵੀ ਕਰਨਾ ਆ, ਖੁਸ਼ੀ ਹੋਵੇ ਕਮੀ ਹੋਵੇ, ਇੱਕ ਦੂਏ ਨੂੰ ਸਾਰੇ ਸਹਿਮਤੀ ਨਾਲ ਚੱਲਦੇ ਆ। ਅਤੇ ਆਲੇ ਦੁਆਲੇ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਵੀ ਗੱਡੀਆਂ ਚੱਲਦੀਆਂ ਜਿਹੜੀਆਂ ਗੁਰਾਇਆਂ ਯੂਨੀਅਨ ਦੇ ਵਿੱਚ ਆਉਂਦੀਆਂ ਉਹ ਬਹੁਤ ਪਿੰਡਾਂ ਦੇ ਵਿੱਚੋਂ ਗੱਡੀਆਂ ਗੁਰਾਇਆਂ ਯੂਨੀਅਨ 'ਚ ਆਉਂਦੀਆਂ, ਗੁਰਾਇਆਂ ਸ਼ਹਿਰ ਦੀਆਂ ਗੱਡੀਆਂ ਜਿੰਨੀਆਂ ਉਸ ਤੋਂ ਬਾਅਦ ਗੱਡੀਆਂ ਪਿੰਡਾਂ ਵਿੱਚੋਂ ਚੱਲ ਕੇ ਆਉਂਦੀਆਂ ਜਿਹੜੇ ਲਗਾਤਾਰ 30-35 ਸਾਲ ਤੋਂ ਲਗਾਤਾਰ ਚੱਲ ਕੇ ਆ ਰਹੇ। ਸੋ ਇਹਦੇ ਨਾਲ ਜਿਹੜੀਆਂ ਯੂਨੀਅਨ ਜਿੱਦਾਂ ਫਗਵਾੜਾ ਯੂਨੀਅਨ, ਗੁਰਾਇਆਂ ਯੂਨੀਅਨ, ਅਪਰਾ ਯੂਨੀਅਨ, ਬੜਾ ਪਿੰਡ ਯੂਨੀਅਨ, ਬੜਾ ਰੋੜਕਾ ਯੂਨੀਅਨ, ਬਟਾਲਾ ਯੂਨੀਅਨ, ਇੱਦਾਂ ਕਈ ਯੂਨੀਅਨ ਆ, ਚਚਰਾੜੀ ਯੂਨੀਅਨ ਹੋ ਗਈ, ਇੱਦਾਂ ਕਈ ਯੂਨੀਅਨ ਨੇ ਜਿਹੜੀਆਂ ਇਸ ਯੂਨੀਅਨ ਦੇ ਨਾਲ ਜੁੜੀਆਂ ਹੋਈਆਂ, ਦੁੱਖ ਸੁੱਖ ਦੇ ਵਿੱਚ ਇੱਕ ਦੂਜੇ ਦੇ ਨਾਲ ਸਹਾਈ ਹੁੰਦੇ ਆ, ਸਾਰੇ ਦੁੱਖ ਔਰ ਖੁਸ਼ੀ ਦੇ ਵਿੱਚ ਜਿਹੜੇ ਆ ਉਹ ਇੱਕ ਦੂਜੇ ਦਾ ਸਾਥ ਦਿੰਦੇ ਆ। ਅੱਛਾ, ਇਸ ਤੋਂ ਇਲਾਵਾ ਹੁਣ ਸਾਰੇ ਭਰਾ ਖੜ੍ਹੇ ਆ ਸਾਡੇ, ਤੁਸੀਂ ਚੱਲਦੇ ਆ ਰੋਡ 'ਤੇ ਚੱਲਦੇ, ਸਮੱਸਿਆਵਾਂ ਜੇ ਗੱਲ ਕੀਤੀ ਜਾਵੇ, ਸਮੱਸਿਆਵਾਂ ਕੋਈ ਪਰੇਸ਼ਾਨੀ ਕੋਈ ਰੋਡ 'ਤੇ ਚੱਲਦਿਆਂ ਦੀ ਕਿਸੇ ਅਫਸਰਸ਼ਾਹੀ ਵੱਲੋਂ ਜਾਂ ਹੋਰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਹੋਵੇ ਸਰਕਾਰ ਤੱਕ ਜਿਹੜੀ ਗੱਲ ਤੁਸੀਂ ਪਹੁੰਚਾਉਣਾ ਚਾਹੁੰਦੇ ਹੋਵੋ, ਜੇ ਤੁਹਾਨੂੰ ਕਿਸੇ ਗੱਲ ਦੀ ਰਿਲੀਫ ਚਾਹੀਦੀ ਹੋਵੇ, ਕੋਈ ਸਮੱਸਿਆ ਹੋਵੇ ਉਹ ਵੀ ਦੱਸ ਦਿਓ। ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਹਾਂ, ਇੱਕ ਤਾਂ ਜਿਹੜੀਆਂ ਗੱਡੀਆਂ ਆ ਜਿੱਦਾਂ ਦਿੱਲੀ ਦੇ ਵਿੱਚ ਗੱਡੀਆਂ 10 ਸਾਲ ਬੰਦ ਕੀਤੀਆਂ ਪੁਰਾਣੀਆਂ, ਜਦਕਿ ਉਹ ਗੱਡੀ ਦਾ ਇੰਜਣ ਪੋਲਿਊਸ਼ਨ ਕਰਦਾ, ਗੱਡੀ ਦੀ ਬੋਡੀ ਪੋਲਿਊਸ਼ਨ ਨਹੀਂ ਕਰਦੀ। ਗੱਡੀ ਦੀ ਸਰਟੀਫਿਕੇਟ ਬਣਨਾ ਚਾਹੀਦਾ, ਸਾਲ 2 ਸਾਲ ਦਾ 2,000, 4,000, 5,000 ਰੁਪਈਆ ਲੈ ਕੇ ਸਰਟੀਫਿਕੇਟ ਬਣਨਾ ਚਾਹੀਦਾ, ਉਹਨੂੰ ਗੱਡੀਆਂ ਨੂੰ ਟਾਈਮ ਦੇਣਾ ਚਾਹੀਦਾ। ਕਿਉਂਕਿ ਟੈਕਸੀ ਵਾਲਾ ਕੀ ਕਰਦਾ, ਆਪਣੇ ਪਹਿਲਾਂ ਤਾਂ ਲੋਨ ਲੈ ਕੇ ਗੱਡੀ ਚੱਕ ਲੈਂਦਾ, ਉਸ ਤੋਂ ਬਾਅਦ 5-7 ਸਾਲ ਤਾਂ ਲੋਨ ਲਾਉਂਦਾ ਰਹਿ ਜਾਂਦਾ, ਜਦ ਤੱਕ ਲੋਨ ਲਿੱਤਦਾ ਜਾਂ ਉਸ ਤੋਂ ਬਾਅਦ ਗੌਰਮੈਂਟ ਆਪਣਾ ਅੰਦਰ ਬੈਠ ਕੇ ਏਸੀ ਰੂਮਾਂ 'ਚ ਬੈਠ ਕੇ ਕੋਈ ਨਾ ਕੋਈ ਪੋਲਸੀ ਬਣਾਉਂਦੀ ਆ ਅਤੇ ਉਹ ਪੋਲਸੀ ਲਾਗੂ ਕਰ ਦਿੰਦੀ ਆ। ਅਤੇ ਉਸ ਤੋਂ ਬਾਅਦ ਕੀ ਆ, ਟੂਲ ਪਲਾਜ਼ਾ ਜਿਹੜੇ ਆ, ਗੱਡੀ ਟੈਕਸੀ ਵਾਲਾ ਟੈਕਸ ਗੱਡੀ ਦਾ ਵੀ ਦਿੰਦਾ, ਜਦੋਂ ਗੱਡੀ ਨਵੀਂ ਆਉਂਦੀ ਉਹਦਾ ਵੀ ਟੈਕਸ ਦਿੱਤਾ ਜਾਂਦਾ, ਰੋਡ ਟੈਕਸ ਦਿੱਤਾ ਜਾਂਦਾ 2-4 ਲੱਖ ਰੁਪਈਆ, ਉਸ ਤੋਂ ਬਾਅਦ ਸੇਲ ਟੈਕਸ ਦਿੱਤਾ ਜਾਂਦਾ, ਉਸ ਤੋਂ ਬਾਅਦ ਟੂਲ ਪਲਾਜ਼ਾ ਦੇ ਉੱਤੇ ਟੈਕਸ ਦਿੱਤਾ ਜਾਂਦਾ। ਅਤੇ ਨਾਲ ਨਾਲ ਕਈ ਪੁਲਿਸ ਵਾਲੇ ਸਾਡੇ ਭਾਈ ਭਰਾ ਹੀ ਆ, ਅਤੇ ਕਈ ਜਗ੍ਹਾ ਸਾਨੂੰ ਉਸ ਚੀਜ਼ 'ਤੇ ਵੀ ਦਿੱਕਤ ਆਉਂਦੀ ਆ। ਅਤੇ ਲੋਡੂਵਾਲ ਟੂਲ ਪਲਾਜ਼ਾ ਆਪਣੇ ਨਾਲ ਆ ਬਿਲਕੁਲ, ਉੱਥੇ ਨਿਤਿਨ ਗਡਕਰੀ ਜੀ ਵੱਲੋਂ ਕਿਹਾ ਗਿਆ ਸੀ ਕਿ 60 ਕਿਲੋਮੀਟਰ ਦੇ ਰੇਂਜ ਦੇ ਵਿੱਚ ਜਿਹੜਾ ਵੀ ਟੂਲ ਪਲਾਜ਼ਾ ਆਇਆ ਜਾਂ 20 ਕਿਲੋਮੀਟਰ ਰੇਂਜ 'ਚ ਜਿਹੜਾ ਵੀ ਟੂਲ ਪਲਾਜ਼ੇ ਦੇ ਅੰਡਰ ਗੱਡੀਆਂ ਆਉਂਦੀਆਂ ਆਪਣੇ ਆਧਾਰ ਕਾਰਡ 'ਤੇ ਗੱਡੀ ਪਾਸ ਕਰ ਸਕਦੀਆਂ, ਲੰਘਾ ਸਕਦੀਆਂ ਬਿਨਾਂ ਟੂਲ ਪਲਾਜ਼ੇ ਦਿੱਤੇ। ਪਰ ਲੋਡੋਵਾਲ ਟੂਲ ਪਲਾਜ਼ਾ ਦੀ ਇੰਨੀ ਧੱਕੇਸ਼ਾਹੀ ਚੱਲ ਰਹੀ ਆ ਕਿ ਇਹਨਾਂ ਨੇ ਮਤਲਬ ਦਿਨ ਪਰ ਦਿਨ ਰੇਟ ਵਧਾਉਂਦੇ ਜਾ ਰਹੇ ਆ। ਜਿਹੜਾ 5 ਰੁਪਏ ਤੋਂ ਸਟਾਰਟ ਹੋਇਆ ਸੀ ਟੂਲ ਪਲਾਜ਼ਾ ਜੋ ਬ੍ਰਿਜ ਬਣਿਆ ਸੀ, 5 ਰੁਪਏ ਤੋਂ ਅੱਜ 300-400 ਰੁਪਏ ਟੂਲ ਪਲਾਜ਼ਾ ਹੋ ਗਿਆ। ਸਾਨੂੰ ਲੁਧਿਆਣੇ ਜਾਣ ਵਾਸਤੇ ਤੇਲ ਨਹੀਂ ਦੌਦਾ 500-700 ਦਾ, ਸਾਨੂੰ ਟੂਲ ਪਲਾਜ਼ਾ ਬਹੁਤ ਦੌਦਾ, ਕਿਉਂਕਿ ਲੁਧਿਆਣੇ ਔਰ ਜਲੰਧਰ ਦਾ ਸਾਡਾ ਜ਼ਿਆਦਾ ਆਉਣਾ ਜਾਣਾ ਆ, ਆਪਣੇ ਪਰਸਨਲ ਕੰਮਾਂ 'ਚ ਵੀ ਰਿਸ਼ਤੇਦਾਰੀਆਂ ਵੀ ਜ਼ਿਆਦਾ ਆ। ਅਤੇ ਅਸੀਂ ਇਹ ਵੀ ਮੰਗ ਰੱਖਦੇ ਹਾਂ ਗੌਰਮੈਂਟ ਅੱਗੇ ਕਿ ਇਸ ਟੂਲ ਪਲਾਜ਼ਾ ਦੇ ਉੱਤੇ ਗੌਰ ਕੀਤਾ ਜਾਵੇ, ਇਹਨੂੰ ਬੰਦ ਕਰਾਇਆ ਜਾਵੇ। ਕਮਰਸ਼ੀਅਲ ਗੱਡੀ ਦਾ ਜਿਹੜਾ ਇਹਨਾਂ ਨੇ ਹੁਣ ਪਾਸ ਬਣਦਾ ਹੈ, ਮੰਥਲੀ ਪਾਸ ਬਣਦਾ ਸੀ, ਜਿਹੜਾ ਕਮਰਸ਼ੀਅਲ ਗੱਡੀ ਦਾ ਪਾਸ ਬਣਦਾ ਸੀਗਾ ਉਹ ਇਹਨਾਂ ਨੇ ਪਾਸ ਬੰਦ ਕਰ ਦਿੱਤਾ। ਕੋਈ 67-68 ਸੌ ਰੁਪਏ ਦਾ ਪਾਸ ਬਣ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਬੰਦ ਕਰ ਦਿੱਤਾ।
ਆਨਲਾਈਨ ਪਾਸ ਬਣਾਉਣ ਦੀ ਜਿਹੜੀ ਸੁਵਿਧਾ ਸੀ ਉਹਨੂੰ ਵੀ ਬੰਦ ਕਰ ਦਿੱਤਾ। ਮਤਲਬ ਇਸ ਤਰ੍ਹਾਂ ਕਈ ਹਰਾਸਮੈਂਟਾਂ ਜਿਹੜੀਆਂ ਟੈਕਸੀ ਡਰਾਈਵਰ ਨੂੰ ਝੱਲਣੀਆਂ ਪੈ ਰਹੀਆਂ, ਟੈਕਸੀ ਡਰਾਈਵਰ ਨੂੰ ਵੀ, ਟੈਕਸੀ ਮਾਲਕ ਨੂੰ ਵੀ, ਕਿਉਂਕਿ ਡਰਾਈਵਰ ਜਾਂਦਾ ਤਾਂ ਮਾਲਕ ਨੂੰ ਜੇ ਉਹ ਖਰਚਾ ਪੈ ਜਾਂਦਾ ਮਾਲਕ ਦੇ ਗਲ ਪੈਂਦਾ ਤਾਂ ਮਾਲਕ ਕਹਿੰਦਾ ਕਿ ਸ਼ਾਇਦ ਡਰਾਈਵਰ ਕੁਛ ਕਰ ਗਿਆ। ਅਗਰ ਡਰਾਈਵਰ ਕਰਦਾ ਆ ਤਾਂ ਉਹਨੂੰ ਲੱਗਦਾ ਕਿ ਮੈਂ ਕੀਤਾ ਨਹੀਂ, ਤਾਂ ਉਹ ਐਲੀਗੇਸ਼ਨ ਲੱਗਦੇ ਡਰਾਈਵਰ ਦੇ ਉੱਤੇ ਵੀ। ਸੋ ਇੱਦਾਂ ਦੀਆਂ ਜਿਹੜੀਆਂ ਦਿੱਕਤਾਂ ਹੈ, ਚਲੋ ਥੋੜ੍ਹੀਆਂ ਬਾਅਦ ਚੱਲਦੀਆਂ ਰਹਿੰਦੀਆਂ ਦੀਆਂ, ਪਰ ਜਿਹੜੀਆਂ ਗੌਰਮੈਂਟ ਦੀ ਇਨਵੋਲਵਮੈਂਟ ਆ ਗੱਡੀਆਂ ਨੂੰ ਬੰਦ ਕਰਨ ਦੀ, ਕਦੀ ਇਹਨਾਂ ਨੇ ਇਹ ਅੰਦਰ ਬੈਠ ਕੇ ਕਾਨੂੰਨ ਬਣਾਉਂਦੇ ਆ ਗੱਡੀਆਂ ਜਿਹੜੀਆਂ CNG ਚੱਲਣਗੀਆਂ, ਕਦੀ ਚੱਲਣਗੀਆਂ ਜਿਹੜੀਆਂ ਬੈਟਰੀ ਵਾਲੀਆਂ ਚੱਲਣਗੀਆਂ। ਮੰਨ ਲਓ ਜਿਹੜਾ ਟੈਕਸੀ ਵਾਲਾ ਆ ਉਹਨੂੰ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ, ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ। ਸੋ ਇਹ ਗੌਰਮੈਂਟ ਅੱਗੇ ਮੰਗ ਆ ਕਿ ਇੰਜਣ ਧੂੰਆਂ ਮਾਰਦਾ ਹੁੰਦਾ ਨਾ ਕਿ ਗੱਡੀ ਦੀ ਬੋਡੀ, ਉਹਦੀ ਪਾਸਿੰਗ ਕੀਤੀ ਜਾਵੇ, ਉਹਨੂੰ ਚੈੱਕ ਕਰਕੇ ਗੱਡੀ ਨੂੰ ਉਹਦਾ ਇੱਕ ਸਟਾਰਟ ਸਰਟੀਫਿਕੇਟ ਇਸ਼ੂ ਕੀਤਾ ਜਾਵੇ। ਚਲੋ ਸਾਡੇ ਆ ਜਿਹੜੇ ਵੀਰ ਟੂਰ 'ਤੇ ਜਾਂਦੇ ਆ ਗੱਡੀ ਚਲਾਉਂਦੇ ਆ ਉਹਨਾਂ ਨੂੰ ਪੁੱਛਦੇ ਆ, ਕਿਉਂਕਿ ਪਿੱਛੇ ਜੇ ਭਾਅ ਜੀ ਰੌਲਾ ਕਾਫੀ ਚੱਲਿਆ ਸੀ, ਆ ਜਾਓ ਅਸੀਂ ਕਿਹੜਾ ਤੁਹਾਨੂੰ ਕੁਛ ਕਹਿਣ ਲੱਗੇ ਹਾਂ, ਤੁਹਾਡੀ ਸਮੱਸਿਆ ਪੁੱਛਣ ਲੱਗੇ ਹੈ। ਜਿਵੇਂ ਤੁਸੀਂ ਅਦਰ ਸਟੇਟ ਜਾਂਦੇ, ਹਿਮਾਚਲ ਚਲ ਗਏ ਜਾਂ ਹਰਿਆਣਾ ਚਲ ਗਏ, ਕਿਉਂਕਿ ਪਿੱਛੇ ਜੇ ਬਹੁਤ ਰੌਲਾ ਰੱਪਾ ਪਿਆ ਰਿਹਾ, ਪੰਜਾਬ ਨੰਬਰ ਗੱਡੀ ਨੂੰ ਕਾਫੀ ਉੱਥੇ ਨੁਕਸਾਨ ਵੀ ਕੀਤਾ ਹੈ, ਅਤੇ ਜਿਹੜਾ ਉੱਥੇ ਤੋੜ ਭੰਨ ਵੀ ਜਿਹੜੀ ਕੀਤੀ ਗਈ ਹੈ, ਕਿਹੋ ਜਿਹਾ ਮਾਹੌਲ ਕੁਛ ਇੱਦਾਂ ਦਾ ਸੀਗਾ, ਜਾਂ ਜਿਹੜੇ ਉੱਥੇ ਜਾ ਕੇ ਹੁੱਲੜਬਾਜ਼ੀ ਕਰਦੇ, ਕਿਉਂਕਿ ਆਪਾਂ ਆਪਣੇ ਬੰਦਿਆਂ ਨੂੰ ਸਹੀ ਨਹੀਂ ਕਹਿ ਸਕਦੇ, ਕਿਉਂਕਿ ਦੂਜੇ ਆਪਾਂ ਜਾਈਏ ਤਾਂ ਉੱਥੇ ਕਈ ਇੰਜੋਏ ਕਰਨ ਜਾਂਦੇ ਹੈ, ਪਿਕਨਿਕ ਸਪੋਰਟ ਸਮਝ ਕੇ ਜਾਂਦੇ ਹੈ, ਅਤੇ ਉੱਧਰ ਜਾ ਕੇ ਉਹ ਵੀ ਗਲ ਅਗਲਿਆਂ ਦੇ ਵੀ ਪੈਂਦੇ ਹੈਗੇ ਆ, ਅਤੇ ਉਹਨੂੰ ਲੈ ਕੇ ਤੁਹਾਨੂੰ ਕੋਈ ਸਮੱਸਿਆ ਹੁਣ ਹੈਗੀ ਹੈ ਜਾਂ ਨਹੀਂ? ਭਾਅ ਜੀ ਹੁਣ ਸਾਨੂੰ ਤਾਂ ਕੋਈ ਸਮੱਸਿਆ ਨਹੀਂ, ਇਹ ਤਾਂ ਆਪਣੀ ਗੱਲਾਂ ਦੀ ਗੱਲ ਹੈ। ਜੇ ਇੱਕ ਮਾੜ ਗਲਤੀ ਕਰਦਾ ਤਾਂ ਸਾਰੇ ਬੰਦੇ ਗਲਤੀ ਨਹੀਂ ਕਰਦੇ, ਜੇ ਇੱਕ ਦੀ ਗਲਤੀ ਉਹ ਵਾਰ ਵਾਰ ਆਪਾਂ ਗਲਤੀ ਕਰੂੰਗੇ ਉਹ ਆਪਾਂ ਪਛਤਾਉਣਾ ਆਪਣੀ ਗਲਤੀ ਆ। ਜੇ ਆਪਾਂ ਕਿਸੇ ਨੂੰ ਕਹਾਂਗੇ ਜੇ ਬੰਦੇ ਤੁਸੀਂ ਗਲਤੀ ਕੀਤੀ ਤਾਂ ਕੱਲ੍ਹ ਮੈਂ ਕਹੂੰਗਾ ਮੈਂ ਗਲਤ ਹਾਂ, ਗਲਤੀ ਕੋਈ ਕਰਦਾ ਭੁਗਤਦਾ ਕੋਈ ਆ, ਇਹ ਗੱਲ ਹੈ ਵੀਰਾ। ਮਤਲਬ ਇੱਦਾਂ ਦਾ ਕੋਈ ਮਾਹੌਲ ਤਾਂ ਨਹੀਂ ਹੈਗਾ, ਕਿਉਂਕਿ ਪਹਿਲਾਂ ਡਰ ਵਾਲਾ ਮਾਹੌਲ ਜਿਹਾ ਕਾਫੀ ਬਣਿਆ ਸੀ ਕਿ ਪੰਜਾਬ ਗੱਡੀ ਤੋੜ ਦਿੰਦੇ ਆ ਤੁਸੀਂ, ਤੁਹਾਡਾ ਕਿਉਂਕਿ ਰੋਜ਼ ਆਉਣਾ ਜਾਣਾ, ਕਿਉਂਕਿ ਸਾਡੇ ਵਰਗਾ ਬੰਦਾ ਜਿਹੜਾ ਹੈ ਜਾਂ ਜਦੋਂ ਨਿਆਣੇ ਦੀ ਛੁੱਟੀ ਹੋਣੀ ਹੈ ਅਸੀਂ ਉਦੋਂ ਜਾਣਾ, ਜਾਂ ਸਾਨੂੰ ਕੋਈ ਮੌਕਾ ਲੱਗਣਾ ਅਸੀਂ ਉਸ ਵੇਲੇ ਜਾਣਾ, ਤੁਸੀਂ ਤੁਹਾਡਾ ਰੋਜ਼ ਦਾ ਕੰਮ ਹੈ ਮਾਹੌਲ, ਕਿਉਂਕਿ ਕਾਫੀ ਡਰ ਦਾ ਮਾਹੌਲ ਪਿੱਛੇ, ਕਿਉਂਕਿ ਲੋਕ ਉੱਧਰ ਨੂੰ ਜਾਣ ਤੋਂ ਡਰਦੇ ਸੀਗੇ ਕਿ ਸਾਡੀ ਗੱਡੀ ਦਾ ਨੁਕਸਾਨ ਨਾ ਹੋਵੇ, ਸਾਡਾ ਜਾਨੀ ਮਾਲੀ ਨੁਕਸਾਨ ਨਾ ਕੋਈ ਹੋ ਜਾਵੇ। ਦੇਖੋ ਭਾਈ, ਕੋਈ ਕਿਸੇ ਨੂੰ ਕੋਈ ਕੁਛ ਨਹੀਂ ਕਹਿੰਦਾ ਹੈਗਾ, ਸਾਨੂੰ ਇੰਨੇ ਸਾਲ ਉਜਲੇ ਜਾਂਦਿਆਂ ਨੂੰ ਕਿਸੇ ਨੇ ਅੱਜ ਤੱਕ ਸਾਡੇ, ਜਦੋਂ ਆਪਾਂ ਕਿਸੇ ਦੇ ਨਾਲ ਕੋਈ ਬਦਤਮੀਜ਼ੀ ਕਰਨੀ ਨਹੀਂ ਤਾਂ ਆਪਣੇ ਕੋਈ ਗਲ ਥੋੜ੍ਹਾ ਪੈਣ ਲੱਗਾ, ਜਦੋਂ ਆਪਾਂ ਕੋਈ ਹੁੱਲੜਬਾਜ਼ੀ ਕਰਾਂਗੇ ਤਾਂ ਅਗਲੇ ਨੇ ਫਿਰ ਤਾਂ ਕੁਛ ਕਹਿਣਾ ਹੀ ਆ। ਇਸ ਕਰਕੇ ਇੰਨਾ ਸਾਨੂੰ ਤਾਂ ਤਕਰੀਬਨ ਅਸੀਂ ਟੂਰ ਗਰਮੀਆਂ ਨੂੰ ਉੱਧਰ ਲਾਈ ਦੇ ਹਿਮਾਚਲ ਦੇ, ਸਾਨੂੰ ਅੱਜ ਤੱਕ ਕੋਈ ਪਰੇਸ਼ਾਨੀ ਨਹੀਂ ਆਈ ਹੈਗੀ ਇੱਦਾਂ ਦੀ। ਸਾਡੇ ਬੰਦੇ ਦੀ ਗਲਤੀ ਇਹ ਆ ਵੀਰਾ, ਅਤੇ ਜਦੋਂ ਆਪਾਂ ਲੈਣ 'ਚ ਜਾਂਦੇ ਹਾਂ ਇਹ ਲੈਣ ਤੋੜ ਕੇ ਗਲਤ ਜਾਂਦੇ ਆ ਤਾਂ ਭਾਅ ਜੀ ਅਗਲੇ ਨੂੰ ਗੁੱਸਾ ਆਉਣੇ ਆਉਣਾ, ਜੇ ਆਪਾਂ ਆਪਣੀ ਲੈਣ 'ਤੇ ਸਿੱਧੇ ਜਾਂਦੇ ਹਾਂ ਤਾਂ ਅਗਲੇ ਕਿਸੇ ਨੂੰ ਕੋਈ ਗੁੱਸਾ ਨਹੀਂ ਉਹਦੇ ਵਿੱਚ। ਹੁਣ ਟ੍ਰੈਫਿਕ ਲੱਗਾ ਆ, ਕਈ ਕੀ ਕਰਦੇ ਆ ਪਿੱਛਿਓਂ ਜਿੱਦਾਂ ਗੱਡੀਆਂ ਲੱਗੀਆਂ ਆ ਪਿੱਛਿਓਂ ਭਜਾ ਕੇ ਲਿਆ ਕੇ ਮੂਹਰੇ ਫਸਾਉਂਦੇ ਆ, ਜਿਹੜੇ ਉਹ ਅਗਲਾ ਨਹੀਂ ਗੱਡੀ ਬਣ ਦਿੰਦਾ ਬਸ ਇਹ ਤੋਂ ਮਾੜੀ ਨੋਕ ਝੋਕ ਤੋਂ ਫਿਰ ਕੰਮ ਵੱਧਦਾ ਆ, ਜਦੋਂ ਵੀ ਵੱਧਦਾ ਆ ਉੱਦਾਂ ਕੋਈ ਇੱਦਾਂ ਦੀ ਪਰੇਸ਼ਾਨੀ ਨਹੀਂ ਹੈਗੀ, ਨਾ ਕੋਈ ਉੱਥੇ ਗੱਡੀ ਨੂੰ ਕੋਈ ਜਿੱਥੇ ਮਰਜ਼ੀ ਖੜੀ ਕਰ ਦਿਓ ਕੋਈ ਹੱਥ ਨਹੀਂ ਲਾਉਂਦਾ ਹੈਗਾ ਬਿਨਾਂ ਮਤਲਬ ਤੋਂ। ਜਦੋਂ ਕੋਈ ਇੱਦਾਂ ਐਲਤ ਕਰਦਾ ਆ ਫਿਰ ਅਗਲੇ ਆਪਣਾ ਦੁਆ ਖਤ ਕਰਦੇ ਆ, ਜਾਣੀ ਕਾਰਵਾਈ ਕਰਦੇ ਆ, ਨਹੀਂ ਤਾਂ ਇੱਦਾਂ ਦੀ ਕੋਈ ਗੱਲਬਾਤ ਨਹੀਂ। ਸਾਨੂੰ 20 ਸਾਲ ਹੋ ਚੱਲੇ ਆ ਚਲਾਉਂਦੇ ਨੇ ਟੈਕਸੀ, ਅੱਜ ਤੱਕ ਕੋਈ ਹਿਮਾਚਲ 'ਚ ਇੱਦਾਂ ਦਾ ਕਿਸੇ ਨਾ ਕੋਈ ਮਾੜੀ ਵਾਰਦਾਤ ਨਹੀਂ ਹੋਈ ਹੈਗੀ। ਧੰਨਵਾਦ ਜੀ। ਹਾਂ, ਸਲਾਨਾ ਜਿਹੜਾ ਇਸ ਜਿਹੜਾ ਸੁਖਮਨੀ ਸਾਹਿਬ ਜਿਹੜਾ ਪਾਠ ਚੱਲ ਰਿਹਾ ਉਸ ਤੋਂ ਲੈ ਕੇ ਜਿਹੜੀ ਸਮੱਸਿਆਵਾਂ ਵੀ, ਕਿਉਂ ਸਾਡਾ ਸਰਕਾਰ ਤੱਕ ਜਿਹੜੀ ਇਹਨਾਂ ਦੀ ਸਮੱਸਿਆਵਾਂ ਪਹੁੰਚਾਉਣ ਦਾ ਫਰਜ਼ ਵੀ ਹੈਗਾ, ਤਾਂ ਕਿ ਜਿਹੜੇ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ, ਇਹਨਾਂ ਦੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚ ਸਕੇ, ਅਤੇ ਜਿਹੜੀ ਇਹਨਾਂ ਦੀ ਸਮੱਸਿਆਵਾਂ ਉਹਦਾ ਵੀ ਹੱਲ ਜਿਹੜਾ ਹੋ ਸਕੇ। ਹਾਂ, ਇਹਦਾ ਨਾਮ ਮਨੀਸ਼ ਬਾਬਾ ਗੁਰਾਇਆ।